ਪਰ ਮੈਂ ਅੱਜ ਵੜਿੰਗ ਸਾਹਿਬ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹੁੰਦਾ। ਤੁਸੀਂ ਬਾਰ ਬਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਕਦ ਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਕਦ ਤੋਂ ਜਾਣਦਾ। ਮੇਰੇ ਕੋਲ ਸਾਰਾ ਹੀ ਤੁਹਾਡੇ ਪੋਤੜੇ ਮੇਰੇ ਮੂਹਰੇ ਹੀ ਤੁਸੀਂ, ਮੈਂ ਤੁਹਾਨੂੰ ਦੇਖਦਾ ਰਿਹਾ, ਇਹੋ ਜਿਹੇ ਕੋਈ ਭੁਲੇਖੇ ਚ ਨਾ ਰਹੋ। ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਹੈ ਸਾਰਾ। ਉਦੋਂ ਬਾਅਦ ਜੇ ਮੈਂ ਗੱਲ ਕਰਾਂ, ਤੁਸੀਂ ਬਾਰ ਬਾਰ ਗੱਲ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨ ਆ ਜਿਹੜੀ ਜਿੱਤਿਆ ਏ। ਮੈਂ ਸਾਰੇ ਪੰਜਾਬੀਆਂ ਨੂੰ, ਖਾਸ ਤੌਰ ਕਾਂਗਰਸੀਆਂ ਨੂੰ, ਮੈਂ ਤੇ ਆਪਣੇ ਬੀਜੇਪੀ ਵਾਲਿਆਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ, ਵੜਿੰਗ ਸਾਹਿਬ ਬਾਰੇ। ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ, ਗੁਰਕੀਰਤ ਸਿੰਘ ਦਾ ਕੀਤਾ, ਮੇਰਾ ਕੀਤਾ। ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ। ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ ਚ, ਇੱਕ ਉਹਨਾਂ ਨੇ ਇਹ ਕਿਹਾ ਵੀ ਇਨਰ ਡੈਮੋਕਰੇਸੀ, ਲੋਕਤੰਤਰ ਪਾਰਟੀ ਚ ਬਹਾਲ ਕਰਨਾ, ਉਹੀ ਬੰਦਾ ਕੁਛ ਬਣੂਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਦੀ। ਤੇ ਜੀ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਤੋਂ 2008 ਚ ਮੈਂਬਰਸ਼ਿਪ ਤੋਂ ਕਰਤੀ। ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 35 ਸਾਲ ਤੋਂ ਥੱਲੇ ਥੱਲੇ ਇਲੈਕਸ਼ਨਾਂ ਹੋਣਗੀਆਂ, ਕੋਈ ਵੀ ਉਹ ਚ ਪਾਰਟੀਸਪੇਟ ਕਰ ਸਕਦਾ। ਇਹ ਚ ਮੈਂ ਤਾਂ ਬਿਲਕੁਲ, ਸਾਡਾ ਵੱਡੇ ਭਰਾ ਗੁਰਕੀਰਤ ਸਿੰਘ, ਹਰੇਕ ਨੇ ਸਿਆਸਤ ਚ ਆਉਣਾ ਨਹੀਂ ਹੁੰਦਾ, ਉਹ ਪੋਲੀਟਿਕਸ ਕਰਦੇ ਸੀ, ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਂਹ ਬਣ ਕੇ ਰਹਿੰਦੇ ਸੀ, ਨਾਲ ਕੰਮ ਕਰਦੇ ਸੀ। ਇਹ ਜਿਹੜੇ ਰਾਜਾ ਵੜਿੰਗ ਸਾਹਿਬ ਨੇ, ਇਹ ਉਦੋਂ ਪਹਿਲਾਂ ਗੁਰਕੀਰਤ ਯੂਥ ਕਾਂਗਰਸ ਸੀਗੇ, ਮੈਂ ਇੱਕ ਸਿਪਾਹੀ ਦੇ ਤੌਰ ਤੇ ਕੰਮ ਕਰਦਾ ਸੀ, ਕੋਈ ਅਹੁਦੇ ਪਿੱਛੇ ਨਹੀਂ। ਤੇ ਉਹ ਇਲੈਕਸ਼ਨ ਰਾਹੁਲ ਗਾਂਧੀ ਨੇ ਜਦੋਂ ਰੱਖ ਲਈ 2008 ਚ, ਇਹ ਪਹਿਲਾਂ ਯੂਥ ਕਾਂਗਰਸ IYC ਦੇ ਵਿੱਚ, ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਰੇ ਸਪੋਕਸਪਰਸਨ ਸੀ ਰਾਜਾ ਵੜਿੰਗ ਸਾਹਿਬ। ਤੇ ਖਜ਼ਾਨਚੀ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ, ਉਹ ਖਜ਼ਾਨਚੀ ਸੀ। ਤੇ ਅਸ਼ੋਕ ਤਵਰ ਆ ਜਿਹੜੇ, ਉਹ ਪ੍ਰਧਾਨ ਸੀ, ਉਹ ਵੀ ਅੱਜ ਬੀਜੇਪੀ ਚ ਨੇ, ਜਿਹੜੇ ਉਸ ਵੇਲੇ ਆਏ ਹੋਏ ਸੀ ਪ੍ਰਧਾਨ ਸੀ। ਤੇ ਉਸ ਵੇਲੇ ਜਦੋਂ ਇਲੈਕਸ਼ਨ ਰੱਖ ਲਈ, ਮੈਂਬਰਸ਼ਿਪ ਸ਼ੁਰੂ ਹੋ ਗਈ, ਇਹਨਾਂ ਨੂੰ ਪਤਾ ਲੱਗ ਗਿਆ ਵੀ IYC ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼ਨਯੰਤਰ ਰਚ ਰਹੇ ਸੀ ਉੱਥੇ, ਵੀ ਵੋਟਾਂ ਪਵਾ ਵੀ ਲਈਏ, ਵੋਟਾਂ ਚ ਜਿੱਤ ਆਪ ਹੀ ਜਾਈਏ, ਵਿੱਚ ਹੀ ਇਹ ਰਾਹੁਲ ਗਾਂਧੀ, ਵਿੱਚ ਹੀ ਇਹਨਾਂ ਦਾ ਉਸ ਵੇਲੇ ਦੇ ਪ੍ਰਧਾਨ, ਇਹ ਤਿਆਰੀ ਕਰਕੇ ਆ ਗਏ ਜੀ। ਇਹਨਾਂ ਨੇ ਦੇਖਿਆ ਵੀ ਲੋਕਪ੍ਰਿਯਤਾ ਕਿਹਦੀ ਹੈ, ਤਾਂ ਗੁਰਕੀਰਤ ਦੀ ਹੈ, ਉਰੇ ਹਾਰ ਜਾਂਗੇ, ਅਸੀਂ ਤਾਂ ਇਲੈਕਸ਼ਨ ਪੰਜਾਬ ਚ ਕਰਾਈ, ਪਹਿਲਾਂ ਸੂਬਾ ਬਣਾਇਆ ਇੱਥੇ ਰਲ ਕੇ, ਦਿੱਲੀ ਬਹਿ ਕੇ IYC ਚ, ਤੇ ਜੇ ਸਾਡਾ ਅਸੀਂ ਉਹਨਾਂ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ। ਰਾਹੁਲ ਗਾਂਧੀ ਦੇ ਮੂਹਰੇ ਜਿਹੜੇ ਅਸੀਂ ਰੋਜ਼ ਹੀਰੋ ਬਣਦੇ ਹਾਂ, ਵੀ ਤੁਸੀਂ ਤਾਂ IYC ਚ ਪ੍ਰਧਾਨ, ਇੱਥੇ ਦੇ ਸਭ ਤੋਂ ਨੇੜੇ ਹੋ, ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ, ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਕਸਪਰਸਨ ਬਣੇ ਹੋਏ ਹੋ ਜਾਂ ਜਨਰਲ ਸੈਕਟਰੀ ਬਣੇ ਹੋਏ ਹੋ। ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ, ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ, ਇਹਨਾਂ ਨਾਲ ਉਹਨਾਂ ਦੇ 2 ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ, ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾ ਤੀ। ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋ ਗਏ, ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ, ਉਹ ਇਲੈਕਸ਼ਨ ਲੜ ਨਹੀਂ ਸਕੇ।